मेरे वालों सारे प्यार भरी सत श्री अकाल जी, वेलकम टू न्यू ब्लॉग। किवें हो सारे? ठीक ठाक हो? ते अज आपां जाने आ मेले ते, अपने नाल दे पिंड पालीए। मेला है बस 2 किलोमीटर है पिंड पाली आ, मेला लग्या होया उत्थे। चलदे आपां मेला देखण ते नाले थोनू दिखाउने आ मेला, क्योंकि हुण सीजन मतलब आह टाइम जिहड़े आह महीने च मेले चलदे हुंदे ने, तां करके हुण सारे पिंडां च मेले चल रहे ने। बाकी आपां आपदा समान चक लईए, ਪਰਸ ਵਗੈਰਾ ਤੇ ਆ ਲੈ ਲਿਆ ਪਰਸ, ਇਹਦੇ ਨਾਲ ਬੰਨਾਂਗੇ ਮੂੰਹ ਰੁਮਾਲ ਨਾਲ ਬਾਈਕ 'ਤੇ ਆਪਾਂ। ਤੇ ਚਲੋ ਚੱਲਦੇ ਹਾਂ ਹੁਣ ਆਪਾਂ, ਤੇ ਹੁਣ ਸਿੱਧਾ ਆਪਾਂ ਮੇਲੇ 'ਤੇ ਮਿਲਦੇ ਹਾਂ ਜਾ ਕੇ। ਠੀਕ ਹੈ, ਹਾਂਜੀ ਆ ਗਏ ਆਪਾਂ ਮੇਲੇ 'ਤੇ। ਅਤੇ ਆਉਣ ਸਾਰੇ ਕੰਮ ਪੀਣ ਵਾਲਾ ਸ਼ੁਰੂ ਕਰਤਾ। ਇੱਧਰ ਆਹ ਖੜ੍ਹਾ ਬੰਦਾ ਮੇਰੇ ਨਾਲ, ਅੱਜ ਸਾਰਾ ਮੇਲੇ ਦੀ ਪਾਰਟੀ ਸਾਰਾ ਖਰਚਾ ਇਹਦੇ ਸਿਰ 'ਤੇ ਹੈ, ਕਿਉਂਕਿ ਇਹਦੇ ਪਿੰਡ ਦਾ ਮੇਲਾ, ਇਹਦੇ ਪਿੰਡ ਦਾ ਮੇਲਾ, ਲਵੇ ਲਵੇ ਪਿੰਡ ਨੇ, ਤਾਂ ਕਰਕੇ ਹੁਣ ਇਹਨਾਂ ਨੂੰ ਇਹੀ ਮੇਲਾ ਮੇਨ ਮਿਲਦਾ। ਅਤੇ ਆਹ ਪੀ ਲਈਏ, ਬਾਕੀ ਫਿਰ ਸਾਰਾ ਮੇਲਾ ਘੁਮਾਉਂਦੇ ਹਾਂ ਤੁਹਾਨੂੰ। ਠੀਕ ਹੈ, ਸੁੱਖੀ ਵਧੀਆ ਬਾਈ ਮਿਲ ਗਿਆ ਆਪਾਂ ਨੂੰ, ਸਕੂਲ ਵਾਲਾ ਦੋਸਤ ਆਪਣਾ। ਅਰੇ ਸੁੱਖੀ ਦਾ ਚੈਨਲ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਕਰ ਦਿਓ ਲਾਈਕ ਤੇ ਲਾਈਕ, ਕਮੈਂਟ ਤੇ ਸ਼ੇਅਰ। ਲੈ ਵੀ ਹੁਣ ਚੱਕ ਦਿਓ ਕੰਮ ਕੇਰਾ। ਇੱਧਰ ਦੁਕਾਨਾਂ 'ਚ ਆ ਗਏ ਮਗਰ, ਦੁਕਾਨਾਂ ਦੁਕਾਨਾਂ ਲੱਗੀਆਂ ਹੋਈਆਂ ਨੇ ਬਹੁਤ। ਅਤੇ ਇਕੱਠ ਹੋਇਆ ਮੈਂ ਹੋਊਗਾ, ਆ ਗਏ ਬਾਈ ਬਾਈ ਮਿਲ ਗਏ ਆਪਣੇ ਦੋਸਤ ਸਾਰੇ। ਕੀ ਹਾਲ ਹੈ ਵੀਰ ਜੀ, ਹੋਰ ਠੀਕ ਠਾਕ? ਹਾਲ ਵਧੀਆ ਬਾਈ, ਹਾਲ ਦੱਸੋ, ਸਾਰੇ ਠੀਕ ਠਾਕ? ਹੋਰ ਦੇਖ ਲਿਆ ਮੇਲਾ? ਸੁੱਕਾ ਲੰਘਾਉਂਦੇ ਹੋ, ਤੁਹਾਡੇ ਪਿੰਡ ਦਾ ਮੇਲਾ, ਤੁਹਾਡੇ ਕਿਹੜੀ ਪਾਰਟੀ ਬਣਦੀ ਹੈ? ਸਾਰੇ ਆਪਣੇ ਦੋਸਤ ਸਕੂਲ ਸਕਾਰ ਵਾਲੇ ਆਏ ਹੋਏ ਨੇ, ਕਿਉਂ ਹੁਣ ਨੇੜੇ ਆ, ਇਕੱਠੇ ਪੜ੍ਹਦੇ ਸੀਗੇ ਸਾਰੇ, ਤਾਂ ਕਰਕੇ ਮਿਲੀ ਜਾਂਦੇ ਨੇ ਬਾਈ ਨਾਲ ਦੀ ਨਾਲ। ਤੂੰ ਵੀ ਬੋਲ ਪਾ ਬਾਈ ਹੁਣ ਕੁਛ। ਇਹ ਹੁਣ ਕਹਿੰਦਾ ਇੱਕ ਚੀਜ਼ ਹੋਰੋਂ ਵੀ ਲੈ ਕੇ ਜਾਣੀ ਆ, ਜਿਵੇਂ ਬੁੱਗੇ ਦੇ ਮੇਲੇ ਤੋਂ ਲੈ ਕੇ ਗਏ ਸੀਗੇ। ਕੱਲ ਪੁੱਛੇ ਨੂੰ ਲੰਗਰ ਕਿੰਨੇ ਲਾਇਆ ਨੇ ਮੂਰੇ, ਤੂੰ ਐ ਪੁੱਛ ਕਹਿੰਦਾ ਲੰਗਰ। ਇੱਧਰ ਦੁਕਾਨਾਂ ਦੁਕਾਨਾਂ ਖੜਾਉਣੇ ਵਾਲੀਆਂ ਲੱਗ ਗਈਆਂ ਸਾਰੀਆਂ। ਇਕੱਠ ਹੋਇਆ ਵਾ ਪੂਰਾ ਮੇਲੇ 'ਚ, ਇਹਨੂੰ ਮਿਲ ਗਿਆ ਗਰਿੰਦਰ ਨੂੰ ਕੋਈ ਵੇਲੇ। ਉਹ ਦੇਖੋ ਉੱਧਰ ਤੱਕ ਸਾਹਮਣੇ ਸਾਰੇ ਲੱਗੀਆਂ ਹੋਈਆਂ ਨੇ ਦੁਕਾਨਾਂ। ਹੋਰ ਗੱਲਾਂ ਦੀਆਂ ਗੱਲਾਂ ਬਾਈ, ਚੜ੍ਹਾਈ ਆ ਗਰਿੰਦਰ ਦੀ, ਗਾਹ ਵਾਲੀ ਵਾਰ ਨੂੰ ਵੋਟਾਂ 'ਚ ਪੱਕਾ ਕੰਮ, ਸਰਪੰਚੀ ਪੱਕੀ ਠੀਕ ਆ ਖੜਨਾ ਆਪਾਂ, ਕੋਈ ਨਹੀਂ ਠੀਕ ਆ। ਆਹ ਵੀ ਇਕੱਠ ਦੇਖੋ ਪੂਰਾ ਹੋਇਆ ਪਿਆ। ਇੱਧਰ ਖਾਣ ਪੀਣ ਵਾਲੀਆਂ ਆ ਗਈਆਂ ਦੁਕਾਨਾਂ ਬਾਈ, ਚੱਲ ਰਿਹਾ ਜੂਸ ਦਾ ਕੰਮ। ਉਹ ਤੱਕ ਸਾਹਮਣੇ ਦੁਕਾਨਾਂ, ਉੱਧਰੋਂ ਸੜਕ ਆਉਂਦੀ ਉੱਥੇ ਤੱਕ ਲੱਗੀਆਂ ਹੋਈਆਂ ਨੇ। ਆਹ ਮਠਿਆਈ ਦੀਆਂ ਆ ਗਈਆਂ ਦੁਕਾਨਾਂ ਸਾਰੀਆਂ। ਆ ਇੱਧਰ ਆ ਗਈ ਆਪਣੇ ਬਾਈ, ਇੱਧਰ ਆਪਣੇ ਪਿੰਡ ਦੀਆਂ ਦੀ ਆ ਗਈ ਲਵੇ ਦੁਕਾਨ ਸਾਰਿਆਂ ਦੀ। ਬਣ ਰਹੀਆਂ ਜਲੇਬੀਆਂ ਆਹ ਬੰਦੇ ਦੀ ਬਣਾ, ਇੱਧਰ ਹਲਵਾਈ ਸਾਹਿਬ, ਹਲਵਾਈ ਸਾਹਿਬ ਦੀ ਬਣਾ ਰਹੇ ਹਾਂ। ਹੋਰ ਹਲਵਾਈ ਸਾਹਿਬ ਕਿਵੇਂ ਹੋ? ਠੀਕ ਠਾਕ, ਵਧੀਆ ਚੱਲਦਾ ਕੰਮ? ਆਹ ਬਣ ਰਹੀਆਂ ਨੇ ਬਾਈ ਗਰਮ ਗਰਮ ਜਲੇਬੀਆਂ ਦੇਖੋ। ਹੈਲੋ, ਕਮੇਟੀ ਮੈਂਬਰ ਹੋਰ ਚੰਦੇ ਹੋਰ ਰੋਜ ਮੜਿਆ, ਕਮੇਟੀ ਮੈਂਬਰਾਂ ਨੂੰ ਬੇਨਤੀ ਹੈ ਗੱਡੀ ਮੈਨੂੰ ਕਢਾਉਣਾ, ਗੱਡੀ ਲੈ ਦੇ ਯਾਰ, ਦੁਕਾਨ ਗੱਡੀ ਲੈਂਦੇ ਆਪਾਂ।
ਉਹਦੇ ਚੱਲਿਆ ਕਰਾਂਗੇ ਉਹ ਜੇ ਘੁੰਮਣ ਘੁੰਮਣ ਪਟਿਆਲੇ ਉਹ ਯਾਰ ਟਰੱਕੇ ਲੈ ਲੈਣੇ ਉਹ ਟਰਾਂਸਪੋਰਟ ਆਦੇ ਤੇਰੇ ਨਾਲ ਉਹਦੇ ਖੋਲ ਤੂੰ ਟਰਾਂਸਪੋਰਟ ਨਹੀਂ ਹੈ ਲੈਣਾ ਕਰਨਾ ਨਹੀਂ ਹੈਗਾ ਨਾਲੇ ਉਹ ਬਸ ਬਸ ਤੂੰ ਲੈਣਾ ਕਰਨਾ ਨਹੀਂ ਨਾਲੇ ਦੇਖੀ ਮਹਿੰਗਾ ਦਿੰਦਾ ਆਪਾਂ ਯਾਰ ਸੈਕਿੰਡ ਹੈਂਡ ਦੇਖਾਂਗੇ ਆਜਾ ਮਿਲਕ ਬਦਾਮ ਮਿਲਕ ਬਦਾਮ ਪੀਣਾ ਸਾਡੇ ਬੱਬੂ ਚਾਚਾ ਜੀ ਬਾਬੇ ਦੇ ਦਰਬਾਰ ਤੇ ਦਾਨ ਕਰ ਰਹੇ ਨੇ ਮਾਲਕ ਨਾਲ ਚੜ੍ਹਦੀਆਂ ਕਲਾ ਰੱਖੇ ਜਿਹੜੇ ਖਜ਼ਾਨਾ ਜੋ ਮਾਇਆ ਖਜ਼ਾਨੇ ਪਰ ਬੋਲ ਰਹੇ ਹੈ ਦੋ ਦੇ ਨੇ ਕਿੰਨੇ ਇੱਕ ਹੋਰੀ ਮਾਤਾ ਜੀ ਦਰਬਾਰ ਮਹਾਂਕਲਿਆਣ ਬਾਬੇ ਜੀ ਨਾਲ ਚੜ੍ਹਦੀਆਂ ਕਲਾ ਚ ਰੱਖੇ ਰਹਿਣ ਭਾਈ ਆਈਸਕ੍ਰੀਮ ਲਾ ਕੇ ਖਾਣਾ ਆਹ ਕਰਾਏ ਨੇ ਫੋਨ ਜੇ ਜਵਾਕ ਆ ਤੂੰ ਮੇਰੇ ਨੇ ਦੋ ਗੁਰਿੰਦਰ ਪਕੌੜੇ ਨੂੰ ਲੱਗ ਗਿਆ ਇੱਧਰ ਦੁਕਾਨ ਤੋਂ ਤੂੰ ਵੀ ਬਹੁਤ ਦੋਸਤ ਤੂੰ ਮੈਂ ਆਪਣੇ ਭਾਈ ਨੂੰ ਕਰਦਾ ਮੈਂ ਕਿਹੜਾ ਕਿਤੇ ਫੋਨ ਨੂੰ ਕਰਦਾ ਮੈਂ ਮਾਲਕ ਨਹੀਂ ਕਰਦਾ ਮੈਂ ਉਹੋ ਜਿਹੇ ਹਿਸਾਬ ਨਾਲ ਪੈਂਦਾ ਮੈਂ ਰੁੱਸ ਜੂ ਬਹੁਤ ਸੋਹਣਾ ਯਾਰ ਬਣ ਗਿਆ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੇ ਟੋਕਰੀ ਲਾਉਣੀ ਆ ਛੋਟੀ ਸਭਾ ਦਾ ਨਾਮ ਨਾਲੇ ਹੋਣਾ ਕਹੋ ਸੀ ਇਹ ਪੱਲਿਆਂ ਦੇ ਸਹਿਯੋਗ ਨਾਲ ਯਾਰੀ ਦਾਸ ਦੀ ਸੱਚੇ ਮੇਹਰ ਭਰਿਆ ਰੱਖੀ ਸਿਰ ਤੇ ਹਮੇਸ਼ਾ ਮੇਰੇ ਸਾਈ ਹੱਥ ਤਾਂ ਮੇਹਰ ਭਰਿਆ ਮੇਹਰ ਭਰਿਆ ਰੱਖੀ ਸਿਰ ਤੇ ਹਮੇਸ਼ਾ ਮੇਰੇ ਸਾਈ ਘੇਰੇ ਖੰਡੇ ਚ ਹੀ ਤਿੱਖੀ ਧਾਰ ਤੇ ਤੁਰ ਆਊਗਾ ਸਹਾਰੇ ਸਾਹਿਬਾ ਤੇਰੇ ਖੰਡੇ ਜਹੀ ਤਿੱਖੀ ਧਾਰ ਤੇ ਤੁਰ ਆਊਗਾ ਸਹਾਰੇ ਸਾਹਿਬਾ ਤੇਰੇ ਉਹ ਗਾ ਕੇ ਪਾਪੀ ਉੱਤੇ ਕਰੋ ਕਿਰਪਾ ਸੇਵਾ ਸੰਗਤਾਂ ਦੀ ਕਰਾਂ ਚਿੱਤੇ ਲਾ ਕੇ ਹੋ ਪਾਪੀ ਉੱਤੇ ਕਰੋ ਕਿਰਪਾ ਜੀ ਸੇਵਾ
संगत दी करा चेता लागे हो मेरे मेरे आत्मा नू देओ शक्ति जड़ी ऐबा नू हरा के रख दे आत्मा नू देओ शक्ति जड़ी ऐबा नू हरा के रख दे ओ पिंडे। फिर बापू नू भी खड़क सिंह तो लोगों ने खड़कू बनाता ए खड़कू दा मलंगा है किसना ਉਹ ਬੈਠ ਕੇ ਕਹਿੰਦਾ ਖੁੰਡਾਂ ਦੇ ਉੱਤੇ ਚੌਂਕਰਿਆਂ ਦੇ ਉੱਤੇ ਮੇਰਾ ਕਿਸ਼ਨਾ ਪੁੱਤ ਵਪਾਰੀ ਬਣ ਗਿਆ ਊਠਾਂ ਦਾ ਵਪਾਰ ਕਰਦਾ ਅੱਜ ਪਤਾ ਲੱਗਿਆ ਇਹਦੇ ਵਪਾਰ ਦਾ ਇਹ ਤਾਂ ਡਾਕੂ ਹੈ ਜਦੋਂ ਪਿਆ ਰੌਲਾ ਨਾ ਜਿੰਨਾ ਕੁ ਸਮਾਨ ਲੁੱਟਿਆ ਲੁੱਟ ਗਿਆ ਗਿਆ ਚੜ ਕੇ ਘੋੜਿਆਂ ਤੇ ਫਰਾਰ ਹੋ ਗਏ ਬਰਾਤ ਗਈ ਮੁੰਡੇ ਨੂੰ ਵਿਆਹਿਆ ਜਦੋਂ ਵਾਪਸ ਆਈ ਨਾ ਪਿੰਡ ਦਾ ਮੋਹਤਵਰ ਕਹਿਣਾ बुजुर्ग सी वासदेव उन्हें जाके थाने रिपोर्ट नु ही पुठे लटका तो बंगरा तुरत मेरे साले दे ए तो बोलनगे देखियो जरा बार बार भी उजार दिता मेरिया घर बार भी बार भी उजार दिता मेरिया कित पाला विच कंगले बना रोद चठिया कलम हर पाती सच बादशाही सकदे परा हां जी तुसी मेला देख लिया ते हुण आपां घरे चलदे आं ते घरे मिलदे आं जाके बाकी दा ब्लॉग आपां घरे करदे आं शूट आपां आ गए मेले तों वधिया एंजॉय कीता दोस्तां मित्रां नाल ਤੁਸੀਂ ਵੀ ਦੇਖਿਆ ਮੇਲਾ ਉਮੀਦ ਹੈ ਤੁਸੀਂ ਵੀ ਵਧੀਆ ਇੰਜੋਏ ਕੀਤਾ ਹੋਊਗਾ ਹਾਂਜੀ ਤੁਸੀਂ ਦੇਖਿਆ ਆਪਣੇ ਇੱਥੇ ਮੇਲੇ 'ਤੇ ਮੇਵਾ ਸਿੰਘ ਪਾਲੀਆ ਬਾਪੂ ਜੀ ਆਏ ਹੋਏ ਸੀਗੇ ਕਵਿਸ਼ਰੀ ਗਾਉਣ ਵਾਸਤੇ ਬਹੁਤ ਵਧੀਆ ਲੱਗਿਆ ਮੈਂ ਵੀ ਬੈਠ ਕੇ ਸੁਣਿਆ ਅਤੇ ਹੋਰ ਵੀ ਇਕੱਠ ਬਹੁਤ ਹੋ ਗਿਆ ਸੀ ਉੱਥੇ ਬੈਠ ਕੇ ਸੁਣ ਰਹੇ ਸੀਗੇ ਬਹੁਤ ਦਿਲ ਲੱਗਿਆ ਸੁਣ ਕੇ ਮੈਂ ਪਹਿਲੀ ਵਾਰ ਲਾਈਵ ਸੁਣਿਆ ਸੀਗਾ ਉਹਨਾਂ ਨੂੰ ਮਤਲਬ ਐਂ ਸਾਹਮਣੇ ਬੈਠ ਕੇ ਕਿਉਂਕਿ ਯੂਟਿਊਬ 'ਤੇ ਤਾਂ ਬਹੁਤ ਵਾਰ ਸੁਣਿਆ ਵਧੀਆ ਲੱਗਿਆ ਕਿਸੇ ਦਿਨ ਆਪਾਂ ਜਾਵਾਂਗੇ ਉਹਨਾਂ ਨਾਲ ਸਪੈਸ਼ਲ ਬੈਠ ਕੇ ਮਿਲ ਕੇ ਆਵਾਂਗੇ ਜੋ ਵੀ ਗੱਲਾਂ ਬਾਤਾਂ ਹੋਈਆਂ ਉਹ ਕਰਕੇ ਆਵਾਂਗੇ ਨਾਲੇ ਆਪਾਂ ਵਲੋਗ ਬਣਾਵਾਂਗੇ ਜਦੋਂ ਵੀ ਆਪਣਾ ਪ੍ਰੋਗਰਾਮ ਬਣਿਆ ਜਾਣ ਦਾ ਜ਼ਰੂਰ ਜਾ ਕੇ ਆਵਾਂਗੇ ਆਪਾਂ ਅੱਜ ਦਾ ਆਪਣਾ ਵਲੋਗ ਹੁਣ ਤਾਂ ਇੱਥੇ ਖਤਮ ਜੀ ਵਲੋਗ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਆਪਣੀ ਲਾਈਕ ਕਰਿਓ ਸ਼ੇਅਰ ਕਰਿਓ ਜੀ ਮਿਲਦੇ ਹਾਂ ਆਪਾਂ ਨੈਕਸਟ ਵਲੋਗ ਵਿੱਚ ਵੀਡੀਓ ਨੂੰ ਆਪਣੀ ਨੂੰ ਇੱਥੇ ਤੱਕ ਦੇਖਣ ਲਈ ਧੰਨਵਾਦ ਜੀ